ਹੈਲੋ एवरीवन ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪੰਜਾਬ ਐਫਸੀਆਈ ਵਾਚਮੈਨ ਦੇ ਐਗਜ਼ਾਮ ਨੂੰ ਟਾਰਗੇਟ ਕਰ ਰਹੇ ਹਾਂ ਤਾਂ ਇਸ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਕਰਨ ਜਾ ਰਹੇ ਹਾਂ ਕਰੰਟ ਅਫੇਅਰਸ ਠੀਕ ਹੈ ਜਿਹਦਾ ਕਿ ਸੈੱਟ 4 ਕਰਾਂਗੇ ਆਪਾਂ ਪਹਿਲਾਂ ਸੈੱਟ 3 ਆਪਾਂ ਕਰ ਚੁੱਕੇ ਹਾਂ ਕਰੰਟ ਅਫੇਅਰ ਦੇ ਤੇ ਜੀਕੇ ਦੇ ਵੀ ਜਿਨ੍ਹਾਂ ਨੇ ਉਹ ਵੀਡੀਓਜ਼ ਨਹੀਂ ਦੇਖੀ ਜਰੂਰ ਜਾ ਕੇ ਦੇਖੋ ਪਲੇਲਿਸਟ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੈਗੇ ਨੇ ਜਰੂਰ ਦੇਖਿਓ ਤਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਦੇਖਦੇ ਆਂ ਸਭ ਤੋਂ ਪਹਿਲਾ ਕੁਐਸਚਨ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਨੇ ਪਹਿਲਾਂ ਪਿਛਲੀਆਂ ਵੀਡੀਓਜ਼ ਦੇ ਵਿੱਚ 75 ਤੱਕ ਕੁਐਸਚਨ ਕਰ ਲਏ ਸੀ ਹੁਣ ਕੁਐਸਚਨ ਨੰਬਰ ਕਰ ਰਹੇ ਆਂ 76 ਠੀਕ ਹੈ ਕੁਐਸਚਨ ਨੰਬਰ 76 ਹੈ ਕਿਸ ਸਟੇਟ ਨੇ ਸਾਂਸ ਮਹਿੰਮ ਸ਼ੁਰੂ ਕੀਤੀ ਹੈ ਠੀਕ ਹੈ ਕਿਹੜੀ ਸਟੇਟ ਹੈ ਜਿਸ ਨੇ ਕਿ ਸਾਹਸ ਮੁਹਿੰਮ ਸ਼ੁਰੂ ਕੀਤੀ ਹੈ ਸਭ ਤੋਂ ਪਹਿਲਾਂ ਜਾਨਣਾ ਜ਼ਰੂਰੀ ਹੈ ਕਿ ਸਾਹਸ ਮੁਹਿੰਮ ਹੈ ਕੀ ਤਾਂ ਜਿਹੜੀ ਸਾਹਸ ਮੁਹਿੰਮ ਹੈ ਇਹ ਜਿਹੜੀ ਹੈ ਇਹ ਨਿਮੋਨੀਆ ਦੇ ਰਿਲੇਟਿਡ ਹੈ ਠੀਕ ਹੈ ਆਪਾਂ ਨੂੰ ਪਤਾ ਇੱਕ ਬਿਮਾਰੀ ਹੁੰਦੀ ਹੈ ਨਿਮੋਨੀਆ ਜਿਹੜੀ ਕਿ ਸਰਦੀ ਦੇ ਕਰਕੇ ਹੁੰਦੀ ਹੈ ਠੀਕ ਹੈ ਤਾਂ ਉਸ ਦੇ ਰਿਲੇਟਿਡ ਹੈ ਜਿਹੜੀ ਆ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਹੜੀ ਸਟੇਟ ਦੇ ਵਿੱਚ ਕੀਤੀ ਗਈ ਹੈ ਉਹ ਪੁੱਛਿਆ ਗਿਆ ਹੈ অপਸ਼ਨ ਹੈ ਗੁਜਰਾਤ ਮੱਧ ਪ੍ਰਦੇਸ਼ ਰਾਜਸਥਾਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜੀ ਸ਼ੁਰੂ ਕੀਤੀ ਗਈ ਹੈ ਕੰਪੇਗਨ ਮੁਹਿੰਮ ਇਹ ਕੀਤੀ ਗਈ ਹੈ ਜੀ ਮੱਧ ਪ੍ਰਦੇਸ਼ ਦੇ ਵਿੱਚ ਸ਼ੁਰੂ ਠੀਕ ਹੈ ਕਦੋਂ ਸ਼ੁਰੂ ਕੀਤੀ ਹੈ ਇਹ ਸ਼ੁਰੂ ਕੀਤੀ ਸੀ ਜੀ 5 ਫਰਵਰੀ 2021 ਨੂੰ ਠੀਕ ਹੈ 5 ਫੈਬ 2021 ਦੇ ਵਿੱਚ ਇਹ ਸਟਾਰਟ ਕੀਤੀ ਗਈ ਹੈ ਮੁਹਿੰਮ ਤੇ ਹੈਲਥ ਮਨਿਸਟਰ ਪਰਾਬਰਮ ਚੌਧਰੀ ਦੁਆਰਾ ਇਹਨੂੰ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਤਾਂ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਪਤਾ ਹੋਣਾ ਚਾਹੀਦਾ ਹੈ ਕਿ ਸਟੇਟ ਦੇ ਵਿੱਚ ਕੀ ਚੱਲ ਰਿਹਾ ਹੈ ਆਪਾਂ ਨੂੰ ਪਤਾ ਹੈ ਕਿ FCI ਦੇ ਐਗਜ਼ਾਮ ਦੇ ਵਿੱਚ ਦੋ ਤਰ੍ਹਾਂ ਦੇ ਕਰੰਟ ਅਫੇਅਰ ਆਣਗੇ ਨੈਸ਼ਨਲ ਵੀ ਅਤੇ ਇੰਟਰਨੈਸ਼ਨਲ ਵੀ ਤਾਂ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਸਾਰੇ ਹੀ ਧਿਆਨ ਨਾਲ ਕਰਨੇ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 77 ਹਾਲ ਹੀ ਦੇ ਵਿੱਚ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਕਿਸ ਨਦੀ ਉੱਤੇ ਲਖਵਾਰ ਬਿਜਲੀ ਪ੍ਰੋਜੈਕਟ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਹੈ ਠੀਕ ਹੈ ਕੇਂਦਰੀ ਪੁੱਛਿਆ ਗਿਆ ਹੈ ਕਿ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਕਿਹੜੀ ਨਦੀ ਉੱਤੇ ਬਿਜਲੀ ਪ੍ਰੋਜੈਕਟ ਹੈ ਜਿਹਦਾ ਕਿ ਨਾਮ ਹੈ ਲਖਵਾਰ ਠੀਕ ਹੈ ਇਸ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ ਅਪਰੂਵਲ ਕਰਤਾ ਇਹਨੂੰ ਠੀਕ ਹੈ ਉਹ ਪੁੱਛਿਆ ਗਿਆ ਹੈ অপਸ਼ਨ ਦੇ ਵਿੱਚ ਨੇ ਗੰਗਾ ਬ੍ਰਹਮਪੁੱਤਰ ਯਮੁਨਾ ਜੈਨਾ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਬਿਜਲੀ ਪ੍ਰੋਜੈਕਟ ਹੈ ਲਖਵਾਰ ਇਹ ਕਿਹੜੀ ਨਦੀ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਸ਼ੁਰੂ ਕੀਤਾ ਜਾ ਰਿਹਾ ਹੈ ਜੀ ਯਮੁਨਾ ਨਦੀ ਤੇ ਠੀਕ ਹੈ ਯਮੁਨਾ ਨਦੀ ਤੇ ਇਹ ਬਿਜਲੀ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਵਾਤਾਵਰਣ ਮੰਤਰਾਲੇ ਦੇ ਦੁਆਰਾ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 78 ਹਾਲ ਹੀ ਵਿੱਚ ਅਕਾਲ ਚਲਾਣਾ ਕਰ ਗਏ ਅਖਤਰ ਅਲੀ ਇੱਕ ਮਸ਼ਹੂਰ ਡੈਸ਼ ਸੀ ਠੀਕ ਹੈ ਕੌਣ ਸਾ ਅਖਤਰ ਅਲੀ ਆਪਸ਼ਨ ਨੇ ਗਾਇਕ ਟੈਨਿਸ ਖਿਡਾਰੀ ਪੱਤਰਕਾਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਉਹ ਜਿਹੜੇ ਅਖਤਰ ਅਲੀ ਸੀ ਉਹ ਹੈਗੇ ਸੀ ਜੀ ਟੈਨਿਸ ਖਿਡਾਰੀ ਠੀਕ ਹੈ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋਇਆ ਹੈ ਤਾਂ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਆਪਾਂ ਨੂੰ ਇਸ ਤਰ੍ਹਾਂ ਦੇ ਹੀ ਕੁਐਸਚਨ ਪੁੱਛੇ ਜਾਣਗੇ ਕਰੰਟ ਅਫੇਅਰ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਣੇ ਆਲੇ ਦੁਆਲੇ ਆਪਣੇ ਸਟੇਟ ਲੈਵਲ ਤੇ ਠੀਕ ਹੈ ਆਪਣੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕੀ ਚੱਲ ਰਿਹਾ ਹੈ ਠੀਕ ਹੈ ਉਹ ਤੇ ਰਿਲੇਟਡ ਹੀ ਕੁਐਸਚਨ ਪੁੱਛੇ ਜਾਂਦੇ ਨੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 79 ਅਮਰੀਕਾ ਅਤੇ ਰੂਸ ਨੇ ਪਰਮਾਣੂ ਹਥਿਆਰ ਕੰਟਰੋਲ ਸੰਧੀ ਦਾ ਕਿੰਨਾ ਸਮਵਿਧਾਇਆ ਹੈ ਠੀਕ ਹੈ ਅਮਰੀਕਾ ਤੇ ਰੂਸ ਜਿਹੜੇ ਕੰਟਰੀ ਨੇ ਉਹਨਾਂ ਨੇ ਸੰਧੀ ਹੈ ਉਹਨਾਂ ਦੀ ਪਰਮਾਣੂ ਹਥਿਆਰ ਕੰਟਰੋਲ ਸੰਧੀ ਠੀਕ ਹੈ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਵਧਾ ਦਿੱਤਾ ਹੈ ਉਹ ਪੁੱਛਿਆ ਗਿਆ ਕਿ ਕਿੰਨਾ ਵਧਾਇਆ ਹੈ 2026 ਤੱਕ 2024 ਤੱਕ ਜਾਂ 2025 ਤੱਕ ਤਾਂ ਇਹ ਜਿਹੜਾ ਵਧਾਇਆ ਗਿਆ ਜੀ ਇਹ ਵਧਾਇਆ ਗਿਆ 2026 ਤੱਕ ਠੀਕ ਹੈ ਅਮਰੀਕਾ ਤੇ ਰੂਸ ਦੇ ਜਿਹੜੀ ਸੰਧੀ ਹੈ ਉਸ ਨੂੰ 2026 ਤੱਕ ਵਧਾ ਦਿੱਤਾ ਗਿਆ ਕਿਹੜੀ ਸੰਧੀ ਪਰਮਾਣੂ ਹਥਿਆਰ ਕੰਟਰੋਲ ਸੰਧੀ ਠੀਕ ਹੈ অপਸ਼ਨ ਨੰਬਰ 1 ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 80 ਅਭਿਵਾਦਨ ਨਾਦ ਦਾ ਸੰਗੀਤ ਪ੍ਰੋਗਰਾਮ ਕਿੱਥੇ ਆਯੋਜਿਤ ਕੀਤਾ ਜਾਵੇਗਾ ਠੀਕ ਹੈ ਸੰਗੀਤ ਪ੍ਰੋਗਰਾਮ ਹੈ ਅਭਿਵਾਦਨ ਆਵਜ਼ਾ ਨਾਮ ਇਹ ਕਿੱਥੇ ਆਯੋਜਿਤ ਕੀਤਾ ਜਾ ਰਿਹਾ ਹੈ 2022 ਦੇ ਵਿੱਚ ਤਾਂ অপਸ਼ਨ ਨੇ ਇੰਦੋਰ ਪੁੰਨੇ ਗਵਾਲੀਅਰ ਜਾਇਨਾ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਕੀਤਾ ਜਾਣਾ ਹੈ ਆਯੋਜਿਤ ਇਹ ਕੀਤਾ ਜਾਣਾ ਹੈ ਜੀ ਪੁੰਨੇ ਵਿਖੇ ਠੀਕ ਹੈ ਪੁੰਨੇ ਕਿੱਥੇ ਲੋਕੇਟਿਡ ਹੈ ਮਹਾਰਾਸ਼ਟਰ ਦੇ ਵਿੱਚ ਹੈ ਉੱਥੇ ਜਿਹੜਾ ਸੰਗੀਤ ਪ੍ਰੋਗਰਾਮ ਹੈ ਅਭਿਵਾਦਨ ਉਸ ਨੂੰ ਆਯੋਜਿਤ ਕੀਤਾ ਠੀਕ ਹੈ ਉੱਥੇ ਆਯੋਜਿਤ ਕੀਤਾ ਜਾਵੇਗਾ ਨੈਕਸਟ ਕੁਐਸਚਨ ਕੁਐਸਚਨ ਨੰਬਰ 81 ਹੈ ਕਿਹੜੀ ਰਾਜ ਸਰਕਾਰ ਨੇ ਹਾਲ ਹੀ ਦੇ ਵਿੱਚ ਇਲੈਕਟ੍ਰੋਨਿਕ ਵਹੀਕਲਸ ਠੀਕ ਹੈ ਓਵਲੇ ਵਹੀਕਲ ਜਿਹੜੇ ਕਿ ਇਲੈਕਟ੍ਰੋਨਿਕ ਹਨ ਉਹਨਾਂ ਤੇ ਕੋਈ ਰਜਿਸਟ੍ਰੇਸ਼ਨ ਅਤੇ ਸੜਕ ਟੈਕਸ ਨਾ ਲੈਣ ਦਾ ਐਲਾਨ ਕੀਤਾ ਹੈ ਠੀਕ ਹੈ ਪੁੱਛਿਆ ਗਿਆ ਕਿ ਕਿਹੜੀ ਸਟੇਟ ਗਵਰਨਮੈਂਟ ਹੈ ਇਦਾਂ ਦੀ ਜਿਨ੍ਹਾਂ ਨੇ ਕਿ ਇਲੈਕਟ੍ਰੋਨਿਕ ਵਹੀਕਲਸ ਤੇ ਨਾ ਕੋਈ ਰਜਿਸਟ੍ਰੇਸ਼ਨ ਹੈ ਤੇ ਨਾ ਹੀ ਕੋ ਕਿਸੇ ਤਰ੍ਹਾਂ ਦਾ ਟੈਕਸ ਲੈਣਗੇ ਠੀਕ ਹੈ ਤਾਂ ਆਪਸ਼ਨ ਨੇ ਓਡੀਸਾ ਰਾਜਸਥਾਨ ਤੇਲੰਗਾਨਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਐਲਾਨ ਕੀਤਾ ਹੈ ਇਹ ਕੀਤਾ ਹੈ ਜੀ ਤੇਲੰਗਾਨਾ ਗਵਰਨਮੈਂਟ ਨੇ ਠੀਕ ਹੈ ਆਪਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਹੈ ਤੇਲੰਗਾਨਾ ਗਵਰਨਮੈਂਟ ਨੇ ਜਿਹੜਾ ਇਲੈਕਟ੍ਰੋਨਿਕ ਵਹੀਕਲਸ ਤੇ ਟੈਕਸ ਨਾ ਲੈਣ ਦਾ ਐਲਾਨ ਕੀਤਾ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 82 ਹਾਲ ਹੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਹਾਲ ਕੌਣ ਸੰ ਹਾਲ ਹਾਲ ਬਰੁਕ ਉਹ ਪੁੱਛਿਆ ਗਿਆ ਹੈ অপਸ਼ਨ ਨੇ ਲੇਖਕ ਅਦਾਕਾਰ ਗਾਇਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜਿਹੜੇ ਹਾਲ ਹਾਲ ਬਰੁਕ ਨੇ ਉਹ ਹੈਗੇ ਸੀ ਜੀ ਅਦਾਕਾਰ ਠੀਕ ਹੈ অপਸ਼ਨ ਨੰਬਰ ਬੀ ਜਿਹੜਾ ਬਿਲਕੁਲ ਸਹੀ ਹੈ ਅਮਰੀਕਨ ਐਕਟਰ ਸਨ ਜਿਨ੍ਹਾਂ ਦਾ ਕਿ ਹਾਲ ਦੇ ਵਿੱਚ ਹੀ ਦਿਹਾਂਤ ਹੋਇਆ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 83 ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਭਾਰਤ ਅਤੇ ਅਮਰੀਕਾ ਦੇ ਵਿੱਚ ਯੁੱਧ ਅਭਿਆਸ ਨਾਂ ਦੀ ਹਾਲੀਆ ਫੌਜੀ ਅਭਿਆਸ ਕਿੱਥੇ ਹੋਵੇਗਾ ਠੀਕ ਹੈ ਜਿਹੜਾ ਆਪਣਾ ਇੰਡੀਆ ਹੈ ਤੇ ਅਮਰੀਕਾ ਹੈ ਇਹਨਾਂ ਦੋਨਾਂ ਦੇ ਵਿੱਚ ਇੱਕ ਫੌਜੀ ਅਭਿਆਸ ਹੋਵੇਗਾ ਜਿਸ ਦਾ ਨਾਮ ਹੈ ਯੁੱਧ ਅਭਿਆਸ ਠੀਕ ਹੈ ਉਹ ਕਿੱਥੇ ਹੋਵੇਗਾ অপশন এ গোয়া Rajasthan Maharashtra Jainna ਵਿੱਚ ਕੋਈ ਨਹੀਂ ਤਾਂ ਜਿਹੜਾ ਇਹਦਾ রাইਟ ਆਨਸਰ ਹੈ ਉਹ ਹੈਗਾ ਜੀ Rajasthan ਠੀਕ ਹੈ Rajasthan ਵਿੱਚ ਹੈ ਭਾਰਤ ਅਤੇ ਅਮਰੀਕਾ ਦਾ ਯੁੱਧ ਅਭਿਆਸ ਜਿਹੜਾ ਫੌਜੀ ਅਭਿਆਸ ਹੋਏਗਾ ਉਹ ਹੋਏਗਾ ਠੀਕ ਹੈ ਤਾਂ অপশন ਨੰਬਰ B ਜਿਹੜਾ ਬਿਲਕੁਲ রাইਟ ਆਨਸਰ ਹੈ ਕਿੱਥੇ ਹੋਏਗਾ Rajasthan ਦੇ ਵਿੱਚ बीकानेर ਜਗ੍ਹਾ ਜਿਹੜੀ ਹੈ ਉੱਥੇ ਹੋਏਗਾ ਠੀਕ ਹੈ 2004 ਤੋਂ ਹੀ ਇਹ ਫੌਜੀ ਅਭਿਆਸ ਸਟਾਰਟ ਹੁੰਦੇ ਨੇ ਜਿਹੜਾ ਇਸ ਵਾਰ ਦਾ ਯੁੱਧ ਅਭਿਆਸ ਹੈ ਉਹ ਹੋਏਗਾ ਬਿਕਾਨੇ Rajasthan ਦੇ ਵਿੱਚ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 84 ਕੁਐਸਚਨ ਨੰਬਰ 84 ਹੈ ਹਾਲ ਹੀ ਦੇ ਵਿੱਚ ਜਾਇਦ ਅਵਾਰਡ ਨਾਮ ਹੈ ਅਵਾਰਡ ਦਾ ਜਾਇਦ ਅਵਾਰਡ ਉਸ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈ অপਸ਼ਨ ਹੈ ਐਂਟੋਨੀਓ ਗੁਟੇਰਸ ਲਤੀਫਾ ਹੀਬਨ ਜਯਤਨ ਉਪਰੋਕਤ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਸਨਮਾਨਿਤ ਕੀਤਾ ਗਿਆ ਇਹ ਦੋਨਾਂ ਨੂੰ ਹੀ ਕੀਤਾ ਗਿਆ ਹੈ ਠੀਕ ਹੈ ਉਪਰੋਕਤ ਦੋਵੇਂ ਐਂਟੋਨੀਓ ਗੁਟੇਰਸ ਨੂੰ ਵੀ ਤੇ ਲਤੀਫਾ ਇਬਨ ਜਿਆਤਨ ਨੂੰ ਵੀ ਐਂਟੋਨੀਓ ਗੁਟੇਰਸ ਜਿਹੜੇ ਨੇ ਉਹ ਪੁਰਤਗਾਲ ਦੇ ਪ੍ਰਾਈਮ ਮਿਨਿਸਟਰ ਨੇ ਠੀਕ ਹੈ ਤੇ ਜਿਹੜੇ ਸੈਕਿੰਡ ਆਪਸ਼ਨ ਹੈ ਲਤੀਫਾ ਇਬਨ ਜਿਆਤਨ ਉਹ ਇੱਕ ਮਹਿਲਾ ਨੇ ਠੀਕ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਹਨਾਂ ਦੋਹਾਂ ਨੂੰ ਜਾਵੇਦ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 85 ਪੁੱਛਿਆ ਗਿਆ ਮੁਫਤ ਕਰੋਨਾ ਵਾਇਰਸ ਟੀਕਾ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਕਿਹੜਾ ਹੈ ਮੁਫਤ ਕੋਰੋਨਾ ਵਾਇਰਸ ਟੀਕਾ ਕੁਐਸਚਨ ਹੈ ਮੁਫਤ ਕੋਰੋਨਾ ਵਾਇਰਸ ਟੀਕਾ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਕਿਹੜਾ ਹੈ ਠੀਕ ਹੈ ਕਿਹੜਾ ਉਹ ਕੰਟਰੀ ਹੈ ਜਿਹੜਾ ਕਿ ਵਰਲਡ ਦਾ ਪਹਿਲਾ ਕੰਟਰੀ ਹੈ ਜਿਹੜਾ ਜਿਸਨੇ ਕਿ ਮੁਫਤ ਕੋਰੋਨਾ ਵਾਇਰਸ ਟੀਕੇ ਪ੍ਰਾਪਤ ਕੀਤੇ ਹਨ অপਸ਼ਨ ਹੈ ਨੇਪਾਲ థਾਈਲੈਂਡ ਕਾਨਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਉਹ ਦੇਸ਼ ਹੈਗਾ ਜੀ ਕਾਨਾ ਠੀਕ ਹੈ ਹੋ ਸਕਦਾ ਹੈ ਕਈਆਂ ਨੇ ਨਾ ਸੁਣਿਆ ਹੋਵੇ অপশন নাম্বার সি ਜਿਹੜਾ ਬਿਲਕੁਲ ਸਹੀ ਹੈ ਇਹ ਹੀ ਵੈਸਟ ਅਫਰੀਕਾ ਵਾਲੀ ਸਾਈਡ ਦੇ ਵਿੱਚ ਦੇਸ਼ ਪੈਂਦਾ ਹੈ ਠੀਕ ਹੈ ਉਹ ਵਾਲਾ ਦੇਸ਼ ਜਿਹੜਾ ਉਹ ਪਹਿਲਾ ਦੇਸ਼ ਬਣਿਆ ਹੈ ਜਿਸਨੇ ਕਿ ਮੁਫਤ ਕੋਰੋਨਾ ਵਾਇਰਸ ਟੀਕੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 86 ਹਾਲ ਹੀ ਦੇ ਵਿੱਚ ਭਾਰਤ ਨੇ ਕਿਸ ਰਾਜ ਲਈ ਠੀਕ ਹੈ ਆਪਣਾ ਜਿਹੜਾ ਇੰਡੀਆ ਹੈ ਉਸਨੇ ਕਿਹੜੀ ਸਟੇਟ ਲਈ AIIB AIIB ਦੀ ਫੁੱਲ ਫਾਰਮ ਹੈ ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ ਠੀਕ ਹੈ ਉਸ ਦੇ ਨਾਲ 304 ਮਿਲੀਅਨ ਡਾਲਰ ਦੇ ਕਰਜ਼ੇ ਦੇ ਸਮਝੌਤੇ ਤੇ ਹਸਤਾਖਰ ਕੀਤੇ ਹਨ ਠੀਕ ਹੈ ਆਪਣੇ ਭਾਰਤ ਨੇ ਕਿਹੜੇ ਸਟੇਟ ਦੇ ਲਈ ਇਹ ਹਸਤਾਖਰ ਕੀਤੇ ਨੇ 304 ਮਿਲੀਅਨ ਡਾਲਰ ਦੇ ਕਰਜ਼ੇ ਤੇ ਠੀਕ ਹੈ ਲੋਨ ਲੈ ਰਹੇ ਨੇ ਹੈ 86 ਦਾ ਜੇਕਰ ਦੇਖਿਆ ਜਾਵੇ ਤਾਂ ਆਪਸ਼ਨ ਨੰਬਰ ਸੀ ਜਿਹੜਾ ਹੈ ਇਸ ਦਾ ਰਾਈਟ ਆਨਸਰ ਹੈ ਅਸਾਮ ਠੀਕ ਹੈ ਅਸਾਮ ਸਟੇਟ ਦੇ ਲਈ ਕਰ ਰਹੇ ਨੇ ਇਹ ਠੀਕ ਹੈ ਉਹਨਾਂ ਨੇ ਸਮਝੋਤੇ ਦੇ ਹਸਤਾਖਰ ਤੇ ਕੀਤੇ ਹਨ ਜੇਕਰ ਗੱਲ ਕਰੀਏ AIBD ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਇਸ ਦਾ ਹੈੱਡਕੁਆਟਰ ਕਿੱਥੇ ਹੈ ਤਾਂ ਇਹ ਹੈਗਾ ਜੀ ਬੇਜਿੰਗ ਵਿਖੇ ਠੀਕ ਹੈ ਬੇਜਿੰਗ ਵਿਖੇ ਜਿਹੜਾ ਹੈੱਡਕੁਆਟਰ ਹੈ ਤੇ ਕਿਹੜੀ ਚੀਜ਼ ਦੇ ਲਈ ਇਹ ਕਰਜ਼ਾ ਲਿੱਤਾ ਜਾ ਰਿਹਾ ਹੈ 304 ਮਿਲੀਅਨ ਡਾਲਰ ਦਾ ਇਹ ਜ ਇਹ ਲਿੱਤਾ ਜਾ ਰਿਹਾ ਹੈ ਪਾਵਰ ਟਰਾਂਸਮਿਸ਼ਨ 'ਚ ਸੁਧਾਰ ਕਰਨ ਦੇ ਲਈ ਜਿਹੜਾ ਅਸਾਮ ਦਾ ਪਾਵਰ ਟਰਾਂਸਮਿਸ਼ਨ ਹੈ ਉਸ ਦੇ ਵਿੱਚ ਸੁਧਾਰ ਕਰਨ ਦੇ ਲਈ ਜਿਹੜਾ ਇਹ ਕਰਜ਼ਾ ਲਿੱਤਾ ਜਾ ਰਿਹਾ ਹੈ ਠੀਕ ਹੈ ਅਸਾਮ ਸਟੇਟ ਦੇ ਵਿੱਚ ਅਸਾਮ ਦੀ ਕੈਪੀਟਲ ਕਿਹੜੀ ਹੈ ਦਿਸਪੁਰ ਸਾਰਿਆਂ ਨੂੰ ਪਤਾ ਹੋਵੇਗਾ ਦਿਸਪੁਰੇ ਦੀ ਕੈਪੀਟਲ ਹੈ ਠੀਕ ਹੈ ਤਾਂ অপਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 87 ਪਾਕਿਸਤਾਨ ਨੇ ਹਾਲ ਹੀ ਦੇ ਵਿੱਚ ਕਿਸ ਦੇਸ਼ ਨੂੰ 50 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਹੈ ਠੀਕ ਹੈ ਪਾਕਿਸਤਾਨ ਨੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਅਤੇ ਇੰਡੀਆ ਦੀ ਜਿਹੜੀ ਵਿਚਕਾਰ ਬਾਰਡਰ ਲਾਈਨ ਹੈ ਉਸ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਤਾਂ ਜਿਹੜਾ ਪਾਕਿਸਤਾਨ ਅਤੇ ਇੰਡੀਆ ਹੈ ਇਹਨਾਂ ਦੋਹਾਂ ਦੇ ਵਿੱਚ ਇੱਕ ਬਾਰਡਰ ਲਾਈਨ ਹੈ ਉਸ ਬਾਰਡਰ ਲਾਈਨ ਦਾ ਨਾਮ ਹੈ ਰੈਡ ਕਲਿਫ ਠੀਕ ਹੈ ਰੈਡ ਕਲਿਫ ਲਾਈਨ ਜਿਹੜੀ ਹੈ ਇੰਡੀਆ ਦੇ ਪਾਕਿਸਤਾਨ ਦੀ ਜਿਹੜੀ ਨੂੰ ਅਲੱਗ ਕਰਦੀ ਹੈ ਠੀਕ ਹੈ ਤਾਂ ਕੁਐਸਚਨ ਹੈ ਪਾਕਿਸਤਾਨ ਨੇ ਹਾਲ ਹੀ ਦੇ ਵਿੱਚ ਕਿਸ ਦੇਸ਼ ਨੂੰ 50 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਹੈ অপਸ਼ਨ ਇਹ ਨੇਪਾਲ ਸ਼੍ਰੀਲੰਕਾ ਬੰਗਲਾਦੇਸ਼ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਸ਼੍ਰੀਲੰਕਾ ਠੀਕ ਹੈ ਸੁਣਿਆ ਹੋਵੇਗਾ ਤੁਸੀਂ ਨੇ ਨਿਊਜ਼ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਹੈ ਇਹ ਗੱਲ ਪਾਕਿਸਤਾਨ ਨੇ ਸ਼੍ਰੀਲੰਕਾ ਨੂੰ 50 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਹੈ ਕਾਦੇ ਲਈ ਦਿੱਤਾ ਹੈ ਤਾਂ ਕਿ ਉਹ ਫੋਰ ডিফেন্স ਕਾਰਪੋਰੇਸ਼ਨ ਠੀਕ ਹੈ ਆਪਣੇ ডিফেন্স ਕਾਰਪੋਰੇਸ਼ਨ ਦੇ ਵਿੱਚ ਸੁਧਾਰ ਕਰਨ ਦੇ ਲਈ ਉਹਦੀ ਹੋਰ ਇੰਪਰੂਵਮੈਂਟ ਕਰਨ ਦੇ ਲਈ ਜਿਹੜੇ ਨੇ ਇਹ 50 ਮਿਲੀਅਨ ਡਾਲਰ ਦਿੱਤਾ ਹੈ ਠੀਕ ਹੈ ਤਾਂ ਇਹਦਾ ਜਿਹੜਾ ਸ਼੍ਰੀਲੰਕਾ ਹੈ ਉਹ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 88 ਬਿਡੇਨ ਪ੍ਰਸ਼ਾਸਨ ਦੁਆਰਾ ਕੋਮਾਂਤਰੀ ਭ੍ਰਿਸ਼ਟਾਚਾਰ ਵਿਰੋਧੀ ਚੈਂਪੀਅਨਸ ਅਵਾਰਡ ਲਈ ਕਿਸ ਨੂੰ ਚੁਣਿਆ ਗਿਆ ਹੈ ਠੀਕ ਹੈ ਬਿਡੇਨ ਪ੍ਰਸ਼ਾਸਨ ਜਿਹੜੀ ਉਸ ਦੇ ਕੋਮਾਂਤਰੀ ਭ੍ਰਿਸ਼ਟਾਚਾਰ ਵਿਰੋਧੀ ਚੈਂਪੀਅਨ ਅਵਾਰਡਸ ਲਈ ਕਿਸ ਨੂੰ ਚੁਣਿਆ ਗਿਆ ਹੈ ਠੀਕ ਹੈ ਤਾਂ ਇਹ ਚੁਣਿਆ ਗਿਆ ਹੈ ਜੀ ਇਹਨੂੰ ਅੰਜਲੀ ਭਾਰਦਵਾਜ ਨੂੰ ਠੀਕ ਹੈ ਕਿਹੜਾ ਅਵਾਰਡ ਮਿਲਿਆ ਇਹਨਾਂ ਨੂੰ ਇਹਨਾਂ ਨੂੰ ਮਿਲਿਆ ਨੈਸ਼ਨਲ ਕ腐ਪਸ਼ਨ ਅਗੇਂਸਟ ਅਵਾਰਡ ਕੋ ਮੰਤਰੀ ਪ੍ਰਿਸ਼ਟਾਚਾਰ ਵਿਰੋਧੀ ਚੈਂਪੀਅਨਸ ਅਵਾਰਡ ਠੀਕ ਹੈ ਅੰਜਲੀ ਭਾਰਦਵਾਜ ਨੂੰ ਕੌਣ ਨੇ ਹੈ ਅੰਜਲੀ ਭਾਰਦਵਾਜ ਇਹ ਇੱਕ ਇੰਡੀਅਨ ਸੋਸ਼ਲ ਐਕਟਿਵਿਸਟ ਵਰਕਿੰਗ ਊਮੈਨ ਨੇ ਠੀਕ ਹੈ ਊਮੈਨ ਨੇ ਹੈ ਸੋਸ਼ੀਲੀ ਜਿਹੜਾ ਆਪਣਾ ਸਮਾਜ ਦੇ ਰਿਲੇਟਡ ਕੰਮ ਹੁੰਦੇ ਨੇ ਉਸ ਦੇ ਵਿੱਚ ਸੁਧਾਰ ਕਰਦੇ ਨੇ ਔਰ ਰਿਲੇਟਡ ਕੰਮ ਕਰਦੇ ਨੇ ਠੀਕ ਹੈ ਤਾਂ ਆਪਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 89 ਹਾਲ ਹੀ ਵਿੱਚ ਅਕਾਲ ਚਲਾਣਾ ਕਰ ਗਏ ਵਿਸ਼ਨੂੰ ਨਾਰਾਇਣ ਨਾਮ ਬੁਥੇਰੀ ਇੱਕ ਮਸ਼ਹੂਰ ਸਨ ਕੌਣ ਸਨ ਵਿਸ਼ਨੂੰ ਨਾਰਾਇਣ ਨਾਮ ਬਥੇਰੀ ਤਾਂ ਜਿਹੜੇ ਇਹ ਸਨ ਇਹ ਹੈਗੇ ਨੇ ਆਪਣੇ ਕੋਲ ਕਵੀ ਠੀਕ ਹੈ ਕਵੀ ਸਾਨੇ ਇਹ ਠੀਕ ਹੈ ਕਵੀ ਨੇ ਇਹ ਨਾਮ ਬਥੇਰੀ ਉਹਨਾਂ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋਇਆ ਇਹਨਾਂ ਨੂੰ ਪ੍ਰਾਈਜ਼ ਵੀ ਮਿਲਿਆ ਸੀਗਾ ਪਦਮਸ਼ਰੀ ਮਿਲਿਆ ਸੀ ਇਹਨਾਂ ਨੂੰ ਅਵਾਰਡ 2014 ਦੇ ਵਿੱਚ ਠੀਕ ਹੈ ਤਾਂ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 90 ਕਿਹੜੇ ਰਾਜ ਨੂੰ ਅਗਲੇ 6 ਮਹੀਨਿਆਂ ਲਈ ਅਸ਼ਾਂਤ ਖੇਤਰ ਕੋਸ਼ਿਤ ਕੀਤਾ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਠੀਕ ਹੈ ਇਹ ਕੁਐਸਚਨ ਤਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਪੱਕਾ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਦੀ ਜਿਹੜੀ ਚਰਚਾ ਹੈ ਪੂਰੇ ਵਰਲਡ ਵਾਈਡ ਤੌਰ ਤੇ ਰਹੀ ਬਹੁਤ ਨਿਊਜ਼ ਦੇ ਵਿੱਚ ਰਿਹਾ ਹੈ ਇਹ ਠੀਕ ਹੈ ਅਗਲੇ 6 ਮਹੀਨਿਆਂ ਦੇ ਲਈ ਇਸ ਨੂੰ ਅਸ਼ਾਂਤ ਖੇਤਰ ਘੋਸ਼ਿਤ ਕੀਤਾ ਗਿਆ ਹੈ ਠੀਕ ਹੈ ਡਿਸਟਰਬਡ ਏਰੀਆ ਤਾਂ ਆਪਸ਼ਨ ਨੇ ਕੇਰਲ ਅਸਾਮ ਤਾਮਿਲਨਾਡੂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਘੋਸ਼ਿਤ ਕੀਤਾ ਗਿਆ ਇਹ ਅਸਾਮ ਨੂੰ ਹੀ ਘੋਸ਼ਿਤ ਕੀਤਾ ਗਿਆ ਹੈ ਠੀਕ ਹੈ ਜਿਸ ਦੀ ਰਾਜਧਾਨੀ ਦਿਸਪੁਰ ਹੈ ਠੀਕ ਹੈ ਉਸ ਨੂੰ ਜਿਹੜਾ ਹੈ ਡਿਸਟਰਬਡ ਡਿਸਟਰਬਡ ਏਰੀਆ ਘੋਸ਼ਿਤ ਕਰ ਦਿੱਤਾ ਗਿਆ ਜੇਕਰ ਗੱਲ ਕਰੀਏ ਕਾਰਨ ਇਹਦਾ ਕਿਉਂ ਕੀਤਾ ਗਿਆ ਤਾਂ ਇਹਦਾ ਆਫੀਸ਼ੀਅਲ ਤਾਂ ਕਿਸੇ ਗਵਰਨਮੈਂਟ ਨੇ ਕੋਈ ਬਿਆਨ ਨਹੀਂ ਦਿੱਤਾ ਕਿ ਕਿਹੜੇ ਰੀਜ਼ਨ ਕਰਕੇ ਲੇਕਿਨ ਨਿਊਜ਼ ਦੇ ਵਿੱਚ ਦਿਖਾਇਆ ਜਾ ਰਿਹਾ ਸੀ ਕਿ ਨਾਰਥ-ਈਸਟ ਏਰੀਆ ਜਿਹੜਾ ਆਪਣਾ ਉਸ ਦੇ ਵਿੱਚ ਸਿਕਿਉਰਿਟੀ ਫੋਰਸ ਤੇ ਇਹਨਾਂ ਨੇ ਅਟੈਕ ਕਰਨ ਦੀ ਗੱਲ ਚੱਲ ਰਹੀ ਸੀ ਜਾਂ ਇਦਾਂ ਦਾ ਕੋਈ ਮਸਲਾ ਸੀ ਉਸ ਕਰਕੇ ਇਹਨੂੰ ਅਸ਼ਾਂਤ ਖੇਤਰ ਘੋਸ਼ਿਤ ਕੀਤਾ ਗਿਆ ਲੇਕਿਨ ਆਫੀਸ਼ੀਅਲੀ ਇਸ ਦਾ ਕੋਈ ਵੀ ਪ੍ਰੂਫ ਨਹੀਂ ਦਿੱਤਾ ਗਿਆ ਜਾਂ ਕੋਈ ਵੀ ਪੱਕੀਏ ਕਿ ਦੱਸਿਆ ਗਿਆ ਹੋਵੇ ਠੀਕ ਹੈ ਵਰਬਲੀ ਜਾਂ ਲਿਖਤੀ ਤੌਰ ਤੇ ਤਾ ਨਿਊਜ਼ ਦੇ ਅਕੋਰਡਿੰਗ ਤਾਂ ਇਹੀ ਰੀਜ਼ਨ ਦੱਸਿਆ ਗਿਆ ਸੀ ਬਾਕੀ ਜੇਕਰ ਪੁੱਛਿਆ ਜਾਵੇ ਕਿ ਅਸ਼ਾਂਤ ਖੇਤਰ ਕੋਸ਼ਿਤ ਕਿਹੜੇ ਦੇਸ਼ ਨੂੰ ਸਟੇਟ ਨੂੰ ਕੀਤਾ ਹੈ ਤਾਂ ਉਹ ਕੀਤਾ ਜੀ ਅਸਾਮ ਨੂੰ ਠੀਕ ਹੈ ਡਿਸਟਰਬਡ ਏਰੀਆ ਤਾਂ ਇਹਦਾ ਜਿਹੜਾ ਆਪਸ਼ਨ ਨੰਬਰ ਬੀ ਹੈ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 91 ਕੁਐਸਚਨ ਨੰਬਰ 91 ਹੈ ਕਿਸ ਰਾਜ ਨੇ ਮਾਡਲ ਕਰੀਅਰ ਸੈਂਟਰ ਚਲਾਉਣ ਲਈ ਭਾਰਤੀ ਉਦਯੋਗ ਸੰਘ ਦੇ ਨਾਲ ਸਮਝੋਤਾ ਕੀਤਾ ਹੈ ਠੀਕ ਹੈ ਕਿਹੜਾ ਸਟੇਟ ਹੈ ਜਿਸ ਨੇ ਕਿ ਭਾਰਤੀ ਉਦਯੋਗ ਸੰਘ ਦੇ ਨਾਲ ਸਮਝੋਤਾ ਕੀਤਾ ਹੈ ਆਪਸ਼ਨ ਹੈ ਗੁਜਰਾਤ ਗੋਆ ਰਾਜਸਥਾਨ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਸਮਝੋਤਾ ਕੀਤਾ ਗੋਆ ਨੇ ਕੀਤਾ ਹੈ ਠੀਕ ਹੈ ਗੋਆ ਨੇ ਮਾਡਲ ਕਰੀਅਰ ਸੈਂਟਰ ਬਣਾਉਣਾ ਹੈ ਠੀਕ ਹੈ ਉਸ ਨੂੰ ਚਲਾਉਣਾ ਹੈ ਤਾਂ ਉਸ ਦੇ ਲਈ ਉਹਨਾਂ ਨੇ ਸਮਝੋਤਾ ਕਰਿਆ ਹੈ ਆਪਣੇ ਭਾਰਤੀ ਉਦਯੋਗ ਸੰਗ ਦੇ ਨਾਲ ਠੀਕ ਹੈ ਇਹ ਵੀ ਕੁਐਸਚਨ ਇੰਪੋਰਟੈਂਟ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 92 ਹਾਲ ਹੀ ਦੇ ਵਿੱਚ ਰੱਖਿਆ ਮੰਤਰਾਲੇ ਜਿਹੜੇ ਡਿਫੈਂਸ ਮਿਨਿਸਟਰ ਨੇ ਠੀਕ ਹੈ ਉਹਨਾਂ ਨੇ ਮਿਨਿਸਟਰੀ ਉਹਨਾਂ ਨੇ 1000 ਕਰੋੜ ਤੋਂ ਵੱਧ ਦੀ ਲਾਗਤ ਨਾਲ SDR ਟੈਗ ਲਈ ਕਿਸ ਕੰਪਨੀ ਨਾਲ ਸਮਝੋਤਾ ਕੀਤਾ ਹੈ ਠੀਕ ਹੈ ਇਹ ਪੁੱਛਿਆ ਗਿਆ ਹੈ অপਸ਼ਨ ਹੈ TTA L ਅਤੇ T BEL ਇਹਨਾਂ ਵਿੱਚੋਂ ਕੋਈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ BEL ਠੀਕ ਹੈ অপਸ਼ਨ ਨੰਬਰ C ਇਸ ਦੇ ਨਾਲ ਇਸ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ BEL ਕਿਹੜੀ ਕੰਪਨੀ ਹੈ ਇਹ ਆਪਣੀ ਇੱਕ ਗਵਰਨਮੈਂਟ ਇੰਡੀਅਨ ਕੰਪਨੀ ਹੈ ਠੀਕ ਹੈ ਜਿਹੜੀ ਕਿ ਸਰਕਾਰ ਦੁਆਰੇ ਦੇਖ ਰੇਖੇ ਹੇਠਾਂ ਚੱਲ ਰਹੀ ਹੈ ਇਹ BEL BEL ਦੀ ਫੁੱਲ ਫਾਰਮ ਹੈ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਠੀਕ ਹੈ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਇਹਦਾ ਜਿਹੜਾ ਹੈਡਕੁਆਟਰ ਆਈ ਥਿੰਕ ਬੈਂਗਲੁਰੂ ਦੇ ਵਿੱਚ ਹੈ ਹਾਂ ਮੇਰੇ ਕੋਰਡਿੰਗ ਬੈਂਗਲੁਰੂ ਦੇ ਵਿੱਚ ਹੈ ਠੀਕ ਹੈ ਤਾਂ ਉਸ ਦੇ ਨਾਲ ਉਸ ਕੰਪਨੀ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਹੈ ਰੱਖਿਆ ਮੰਤਰਾਲੇ ਨੇ 1000 ਕਰੋੜ ਤੋਂ ਵੱਧ ਦੀ ਲਾਗਤ ਦੇ ਨਾਲ ਕੀਤਾ ਹੈ ਇਹ ਸਮਝੌਤਾ ਠੀਕ ਹੈ ਤਾਂ অপਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 93 ਹਾਲ ਹੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਰਜੀਵ ਕਪੂਰੀ ਕਮਸ਼ੂਰ ਸੰਤ ਕਈਆਂ ਨੇ ਨਾਮ ਸੁਣਿਆ ਹੋਣਾ ਰਾਜੀਵ ਕਪੂਰ ਠੀਕ ਹੈ অপਸ਼ਨ ਨੇ ਗਾਇਕ اداکار ਪੱਤਰ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜੇ ਸਨ ਇਹ اداکار ਸਨ ਠੀਕ ਹੈ ਇੰਡੀਅਨ ਐਕਟਰ ਸਨ ਜਿਨ੍ਹਾਂ ਨੂੰ ਜਿਹੜੇ ਫਿਲਮਾਂ ਵਗੈਰਾ ਜ਼ਿਆਦਾ ਦੇਖਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਰਿਸ਼ੀ ਕਪੂਰ ਉਹਨਾਂ ਦੇ ਬ੍ਰਦਰਸ ਹਨ ਹੀ ਠੀਕ ਹੈ ਰਾਜੀਵ ਕਪੂਰ ਉਹ ਇੱਕ ਐਕਟਰ ਸਨ ਉਹਨਾਂ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋਇਆ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 94 ਕਿਸ ਨੇ ਆਪਣੇ ਕੈਰੀਅਰ ਦੇ ਵਿੱਚ ਤੀਜੀ ਵਾਰ ਐਲਨ ਬਾਰਡਰ ਮੈਡਲ ਜਿੱਤਿਆ ਹੈ ਠੀਕ ਹੈ ਐਲਨ ਬਾਰਡਰ ਮੈਡਲ ਜਿਹੜਾ ਜਿੱਤਿਆ ਤੀਜੀ ਵਾਰ ਥਰਡ ਟਾਈਮ ਜਿੱਤਿਆ ਹੈ ਠੀਕ ਹੈ ਕਿਸ ਨੇ ਜਿੱਤਿਆ ਹੈ ਇਹ অপਸ਼ਨ ਨੇ ਰੀਕੀ ਪੋਂਟਿੰਗ ਸਟੀਵ ਸਮਿਥ ਸਚਿੰਤ ਤੰਦੁਲਕਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਜਿੱਤਿਆ ਹੈ ਜੀ ਇਹ ਜਿੱਤਿਆ ਸਟੀਵ ਸਮਿਥ ਨੇ ਠੀਕ ਹੈ ਸਟੀਵ ਸਮਿਥ ਨੇ অপਸ਼ਨ ਨੰਬਰ ਬੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਸਟੀਵ ਸਮਿਥ ਨੇ ਇਸ ਨੂੰ ਜਿੱਤਿਆ ਹੈ ਤੀਜੀ ਵਾਰ ਜਿੱਤਿਆ ਐਲਨ ਬਾਰਡਰ ਮੈਡਲ ਠੀਕ ਹੈ ਜੇ ਕਰੀ ਗੱਲ ਕਰੀਏ ਸਟੀਵ ਸਮਿਥ ਕਿਹੜੀ ਕਿਹੜੀ ਸਟੇਟ ਦੇ ਕਿਹੜੀ ਕੰਟਰੀ ਦੇ ਖਿਡਾਰੀ ਨੇ ਠੀਕ ਹੈ ਪਲੇਅਰ ਨੇ ਤਾਂ ਇਹ ਜਿਹੜੇ ਨੇ ਆਸਟ੍ਰੇਲੀਅਨ ਕ੍ਰਿਕਟਰ ਨੇ ਠੀਕ ਹੈ ਆਸਟ੍ਰੇਲੀਅਨ ਟੀਮ ਦੇ ਦੁਆਰਾ ਖੇਡਦੇ ਨੇ ਇਹ ਆਸਟ੍ਰੇਲੀਅਨ ਕ੍ਰਿਕਟਰ ਨੇ ਜਿਨ੍ਹਾਂ ਨੇ ਕਿ ਤੀਜੀ ਵਾਰ ਇਹ ਮੈਡਲ ਜਿੱਤਿਆ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 95 ਨੈਕਸਟ ਕੁਐਸਚਨ ਦੇਖਣ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਠੀਕ ਹੈ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਜੇਕਰ ਕੋਈ ਸੁਝਾਅ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਰੂਰ ਸਬਸਕ੍ਰਾਈਬ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਮਿਲੇਗੀ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 95 ਜਨਵਰੀ 2021 ਦੇ ਲਈ ICC ਦੇ ਵਿੱਚ ਮਹੀਨੇ ਦਾ ਉੱਤਮ ਖਿਡਾਰੀ ਦਾ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਹੈ ਠੀਕ ਹੈ ICC ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਉਸ ਦੇ ਵਿੱਚ ਉੱਤਮ ਖਿਡਾਰੀ ਠੀਕ ਹੈ ਉਸ ਦਾ ਜਿਹੜਾ ਪੁਰਸਕਾਰ ਹੈ ਉਹ ਕਿਸ ਨੇ ਪ੍ਰਾਪਤ ਕੀਤਾ ਹੈ ਜਨਵਰੀ 2021 ਦੇ ਲਈ ਆਪਸ਼ਨ ਹੈ ਵਿਰਾਟ ਕੋਹਲੀ ਸ਼ਿਖਰ धवन ਰਿਸ਼ਭ ਪੰਥ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜਿਹੜੇ ਜ਼ਿਆਦਾਤਰ ਬੱਚੇ ক্রিকেট ਦੇਖਦੇ ਹੋਣਗੇ ਜਿਨ੍ਹਾਂ ਦਾ ਇੰਟਰਸਟ ਹੈ ਤਾਂ ਉਹਨਾਂ ਨੂੰ ਪਤਾ ਹੋਵੇਗਾ ਇਹ ਪੁਰਸਕਾਰ ਦਿੱਤਾ ਰਿਸ਼ਭ ਪੰਤਨੇ ਠੀਕ ਹੈ ਆਪਣੇ ਇੰਡੀਅਨ ਕ੍ਰਿਕਟਰ ਨੇ ਇਹਨਾਂ ਨੂੰ ਇਸ ਪੁਰਸਕਾਰ ਦੇ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 96 ਕਿਹੜਾ ক্রিকেট ਖਿਡਾਰੀ ਹਾਲ ਹੀ ਦੇ ਵਿੱਚ ਟੈਸਟ ক্রিকেট ਵਿੱਚ 300 ਵਿਕਟਾਂ ਲੈਣ ਵਾਲਾ 6ਵਾਂ ਭਾਰਤੀ ਬਣਿਆ ਠੀਕ ਹੈ ਟੈਸਟ ক্রিকেট ਦੇ ਵਿੱਚ ਪੁੱਛਿਆ ਉਹਨਾਂ ਨੇ 300 ਵਿਕਟਾਂ ਲੈਣ ਵਾਲਾ 6ਵਾਂ ਠੀਕ ਹੈ ਤਾਂ ਆਪਸ਼ਨ ਨੇ ਆਪਣੇ ਕੋਲ ਜਸਪ੍ਰਿਤ ਬੁਮਰਾ ਇਸ਼ਾਂਤ ਸ਼ਰਮਾ ਰਵੀਚੰਦਰਨ ਅਸ਼ਵਿਨ ਜਾਂਫਰ ਭੁਵਨੇਸ਼ਵਰ ਕੁਮਾਰ ਠੀਕ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਉਹ ਹੈਗਾ ਜੀ অপਸ਼ਨ ਨੰਬਰ ਬੀ ਇਸ਼ਾਂਤ ਸ਼ਰਮਾ ਜਿਹੜੇ ਕਿ ਇੰਡੀਅਨ ਕ੍ਰਿਕਟਰ ਨੇ ਠੀਕ ਹੈ ਉਹਨਾਂ ਨੇ ਉਹ ਹੁਣ 6ਵੇਂ ਭਾਰਤੀ ਬਣੇ ਨੇ 300 ਵਿਕਟਾਂ ਲੈਣ ਵਾਲੇ ਕਿਹੜੇ ਕ੍ਰਿਕਟ ਦੇ ਵਿੱਚ ਟੈਸਟ ਕ੍ਰਿਕਟ ਦੇ ਵਿੱਚ ਠੀਕ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਕੁਐਸਚਨ ਦੇਖਦਾ ਕੁਐਸਚਨ ਨੰਬਰ 97 ਹਾਲ ਹੀ ਦੇ ਵਿੱਚ ਰਿਲਾਈਐਂਸ Jio ਕਿਸ ਰਾਜ ਵਿੱਚ ਸਭ ਤੋਂ ਵੱਡਾ ਟੈਲੀਕਮ ਆਪਰੇਟਰ ਬਣ ਗਿਆ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਇਹ ਵੀ ਠੀਕ ਹੈ ਕਿਹੜੀ ਕਿਹੜੀ ਸਟੇਟ ਹੈ ਜਿੱਥੇ ਕਿ ਜਿਹੜੀ Jio ਕੰਪਨੀ ਹੈ ਠੀਕ ਹੈ ਉਸ ਦਾ ਸਭ ਤੋਂ ਵੱਡਾ ਟੈਲੀਕਮ ਆਪਰੇਟਰ ਬਣਾਇਆ ਗਿਆ ਹੈ অপਸ਼ਨ ਹੈ ਹਰਿਆਣਾ ਗੁਜਰਾਤ ਉੱਤਰਾਖੰਡ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਆਪਾਂ ਨੂੰ ਪਤਾ ਜਿਹੜਾ Jio ਕੰਪਨੀ ਹੈ ਠੀਕ ਹੈ ਉਸ ਦਾ ਹੈੱਡਕੁਆਟਰ ਮੁੰਬਈ ਵਿਖੇ ਹੈ ਠੀਕ ਹੈ ਤੇ ਜਿਹੜਾ ਇਹਦਾ ਸਭ ਤੋਂ ਵੱਡਾ ਟੈਲੀਕਮ ਆਪਰੇਟਰ ਬਣਿਆ ਹੈ ਉਹ ਬਣਿਆ ਜੀ ਗੁਜਰਾਤ ਵਿਖੇ ਠੀਕ ਹੈ ਗੁਜਰਾਤ অপਸ਼ਨ ਨੰਬਰ B ਬਿਲਕੁਲ ਸਹੀ ਹੈ ਠੀਕ ਹੈ ਕੌਣ ਫਾਊਂਡਰ ਨੇ ਇਸ ਕੰਪਨੀ ਦੇ ਮੁਕੇਸ਼ ਅੰਬਾਨੀ ਠੀਕ ਹੈ ਸਾਰੇ ਜਾਣਦੇ ਹੋਣਗੇ ਰਿਚੇਸਟ ਪਰਸ਼ਨ ਠੀਕ ਹੈ ਤਾਂ ਉਹਨਾਂ ਦੁਆਰਾ ਇਹ ਜੀਓ ਜਿਹੜੀ ਕੰਪਨੀ ਚਲਾਈ ਜਾ ਰਹੀ ਹੈ ਫਾਊਂਡਰ ਨੇ ਤਾਂ ਇਹ ਜਿਹੜਾ ਆਪਸ਼ਨ ਨੰਬਰ ਬੀ ਹੈ ਬਿਲਕੁਲ ਰਾਈਟ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 98 ਉੱਤਰ ਪ੍ਰਦੇਸ਼ ਦੇ ਕਿਹੜੇ ਜ਼ਿਲ੍ਹੇ ਨੂੰ ਕੋਵਿਡ 19 ਨੂੰ ਰੋਕਣ ਦੇ ਲਈ ਸਕੋਚ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਆਪਾਂ ਨੂੰ ਪਤਾ ਹੈ ਯੂਪੀ ਜਿਹੜਾ ਹੈ ਸਭ ਤੋਂ ਅੱਗੇ ਰਿਹਾ ਕੋਵਿਡ 19 ਨੂੰ ਰੋਕਣ ਦੇ ਲਈ ਠੀਕ ਹੈ ਉਹਦੇ ਵਿੱਚੋਂ ਇੱਕ ਡਿਸਟ੍ਰਿਕਟ ਨੂੰ ਸਕੋਚ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਕੀਤਾ ਗਿਆ ਹੈ ਠੀਕ ਹੈ ਉਹ ਕਿਹੜਾ ਹੈ ਉਹ ਦੱਸਣਾ ਹੈ অপਸ਼ਨ 1 ਹੈ ਮਰੂਥਾ অপਸ਼ਨ ਨੰਬਰ 2 ਹੈ ਆਪਣੇ ਕੋਲ ਵਾਰਾਨਸੀ ਅਯੋਧਿਆ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜਿਹੜਾ ਇਹਦਾ ਰਾਈਟ ਆਨਸਰ ਹੈ ਉਹ ਹੈਗਾ ਜੀ ਅਯੋਧਿਆ ਠੀਕ ਹੈ ਅਯੋਧਿਆ ਡਿਸਟ੍ਰਿਕਟ ਨੂੰ ਇਹਦੇ ਸਕੋਚ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 99 ਹਾਲ ਹੀ ਦੇ ਵਿੱਚ ਕਿਹੜੇ ਰਾਜ ਠੀਕ ਹੈ ਕਿਹੜਾ ਸਟੇਟ ਹੈ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ ਹੈ ਆਪਸ਼ਨ ਦਿੱਤਾ ਹੈ ਨੀਚੇ ਠੀਕ ਹੈ ਇਹਨਾਂ ਵਿੱਚੋਂ ਕਿਹੜੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੀਫ ਮਿਨਿਸਟਰ ਨੇ ਅਸਤੀਫਾ ਦੇ ਦਿੱਤਾ ਹੈ ਰਿਜ਼ਾਈਨ ਕੀਤਾ ਹੈ ਆਪਸ਼ਨ ਹੈ ਗੋਆ ਪੁਡੂਚੇਰੀ ਮਿਜ਼ੋਰਮ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਡਿਜ਼ਾਈਨ ਕੀਤਾ ਇਹ ਕੀਤਾ ਜੀ ਪੁੱਡੂ ਚੁਰੀ ਦੇ ਮੁੱਖ ਮੰਤਰੀ ਨੇ ਜਿੱਦਾਂ ਆਪਾਂ ਨੂੰ ਪਤਾ ਹੈ ਪਿੱਛੇ ਕਾਫੀ ਟਾਈਮ ਹੋ ਗਿਆ ਹੁਣ ਤਾਂ ਆਪਣੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਿਜ਼ਾਈਨ ਦਿੱਤਾ ਸੀਗਾ ਠੀਕ ਹੈ ਉਹਨਾਂ ਦੀ ਜਗ੍ਹਾ ਜਿਹੜਾ ਅਹੁਦਾ ਸੰਭਿਆ ਉਹ ਸੰਭਿਆ ਜੀ ਚਰਨਜੀਤ ਸਿੰਘ ਚੰਨੀ ਨੇ ਐਦਾਂ ਹੀ ਹੁਣ ਜਿਹੜੀ ਆ ਪੁੱਟੂ ਪੁੱਡੂ ਚੇਰੀ ਆਪਣੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਠੀਕ ਹੈ ਉਸ ਦੇ ਮੁੱਖ ਮੰਤਰੀ ਨੇ ਜਿਹੜਾ ਹੈ ਅਸਤੀਫਾ ਦੇ ਦਿੱਤਾ ਹੈ ਠੀਕ ਹੈ ਕੀ ਨਾਮ ਹੈ ਉਹਨਾਂ ਦਾ ਨਾਮ ਹੈ ਵੀਨਾ ਰਾਣੀਮ ਸਾਮੀ ਠੀਕ ਹੈ ਬੜਾ ਅਜੀਬ ਜਿਹਾ ਨਾਮ ਹੈ ਉਧਰ ਦੀ ਲੈਂਗੁਏਜ ਐਦਾ ਦੀ ਹੁੰਦੀ ਹੈ ਠੀਕ ਹੈ ਤਾਂ ਵੀਨ ਨਰਾਏ ਨੇ ਸਾਮੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਹੈ ਠੀਕ ਹੈ অপਸ਼ਨ ਨੰਬਰ ਬੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 100 ਤੇ ਇੱਕ ਗੱਲ ਹੋਰ ਪਿੱਛੇ ਕਾਫੀ ਟਾਈਮ ਤੋਂ ਕਮੈਂਟਸ ਆ ਰਹੇ ਸੀਗੇ ਠੀਕ ਹੈ ਸਟੂਡੈਂਟਸ ਦੇ ਕਿ ਜੇਕਰ ਹੋ ਸਕੇ ਤਾਂ ਕਰੰਟ ਅਫੇਅਰਸ ਨੂੰ ਮੈਰਾਥਨ ਦੇ ਫਾਰਮ ਦੇ ਵਿੱਚ ਕਰਾਇਆ ਜਾਵੇ ਸੈਟ ਵਾਈਜ਼ ਨਾ ਕਰਾਇਆ ਜਾਵੇ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਕਰੰਟ ਅਫੇਅਰ ਸੈਟ ਵਾਈਜ਼ ਹੀ ਠੀਕ ਲੱਗ ਰਹੇ ਨੇ ਠੀਕ ਹੈ ਕਿ ਤੁਸੀਂ ਕਰੰਟ ਅਫੇਅਰ ਸੈਟ ਵਾਈਜ਼ ਹੀ ਕਰਨਾ ਚਾਹੁੰਦੇ ਹੋ ਜਾਂ ਫਿਰ ਮੈਂ ਸਿਰਫ ਇੱਕ ਜਾਂ ਦੋ ਵੀਡੀਓ ਦੇ ਵਿੱਚ ਸਾਰੇ ਕਰੰਟ ਅਫੇਅਰਸ ਨਿਬੇੜ ਦਾਂ ਠੀਕ ਹੈ ਮੈਰਾਥਨ ਲਗਾ ਕੇ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 100 ਕਿਸ ਰਾਜ ਨੇ ਜਲਦੀ ਹੀ ਸਿੰਗਾਪੁਰ ਨੂੰ ਬੁੱਧਾ ਚਾਵਲ ਨਿਰਯਾਤ ਕਰਨ ਦਾ ਫੈਸਲਾ ਕੀਤਾ ਹੈ ਠੀਕ ਹੈ ਕਿਹੜਾ ਸਟੇਟ ਹੈ ਜਿਸ ਨੇ ਕਿ ਜਲਦੀ ਹੀ ਸਿੰਗਾਪੁਰ ਨੂੰ ਬੁੱਧਾ ਚਾਵਲ ਜਿਹੜਾ ਉਹ ਨਿਰਯਾਤ ਕਰਨਾ ਹੈ ਠੀਕ ਹੈ ਐਕਸਪੋਰਟ ਕਰਨਾ ਹੈ ਉਸ ਦਾ ਫੈਸਲਾ ਕੀਤਾ ਹੈ অপਸ਼ਨ ਹੈ ਮਹਾਰਾਸ਼ਟਰ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਉੱਤਰ ਪ੍ਰਦੇਸ਼ ਯੂਪ ਜਿਹੜਾ ਉਹ 2021 ਦੇ ਵਿੱਚ ਮੋਸਟਲੀ ਫਰਸਟ ਨੰਬਰ ਤੇ ਰਿਹਾ ਹੈ ਹਰੇਕ ਚੀਜ਼ ਦੇ ਵਿੱਚ ਠੀਕ ਹੈ ਤਾਂ ਜਿਹੜੀ ਉੱਤਰ ਪ੍ਰਦੇਸ਼ ਹੈ ਆਪਾਂ ਨੂੰ ਪਤਾ ਉੱਥੇ ਫਸਲਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਉਗਾਈਆਂ ਜਾਂਦੀਆਂ ਨੇ ਠੀਕ ਹੈ ਸਾਰੇ ਫੀਲਡ ਦੇ ਵਿੱਚ ਅੱਗੀ ਹੈ ਇਹ ਤਾਂ ਉੱਤਰ ਪ੍ਰਦੇਸ਼ ਨੇ ਬੁੱਧਾ ਚਾਵਲ ਨਿਰਯਾਤ ਕਰਨਾ ਹੈ ਕਿਹੜੇ ਸਟੇਟ ਕਿਹੜੇ ਕੰਟਰੀ ਨੂੰ ਸਿੰਗਾਪੁਰ ਨੂੰ ਠੀਕ ਹੈ ਤਾਂ ਆਪਸ਼ਨ ਨੰਬਰ ਬੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 101 101 ਨੰਬਰ ਕੁਐਸਚਨ ਹਾਲ ਹੀ ਦੇ ਵਿੱਚ ਮੱਧ ਪ੍ਰਦੇਸ਼ ਦੇ ਹੋਸ਼ंगाबाद ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਹੈ ਮਧ ਪ੍ਰਦੇਸ਼ ਦੀ ਇੱਕ ਜਗ੍ਹਾ ਹੈ ਉਹ ਸ਼ੰਗਾਬਾਦ ਉਸ ਦਾ ਨਾਮ ਚੇਂਜ ਕਰਕੇ ਕੀ ਰੱਖਿਆ ਗਿਆ ਉਹ ਪੁੱਛਿਆ ਤਾਂ ਇਹਦਾ ਰੱਖਿਆ ਗਿਆ ਨਰਮਦਾਪੁਰਮ ਠੀਕ ਹੈ ਨਰਮਦਾਪੁਰਮ ਇਸ ਦਾ ਨਾਮ ਰੱਖਿਆ ਗਿਆ ਹੈ ਚੇਂਜ ਕਰਕੇ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 102 ਪੁੱਡੂਚੇਰੀ ਦੇ ਉਪਰਾਜਪਾਲ ਦਾ ਵਾਧੂ ਚਾਰਜ ਕਿਸ ਨੂੰ ਦਿਆ ਗਿਆ ਠੀਕ ਹੈ ਪੁੱਡੂਚੇਰੀ ਦੇ ਜਿਹੜੇ ਉਪਰਾਜਪਾਲ ਨੇ ਵਾਈਸ ਗਵਰਨਰ ਨੇ ਉਸ ਦਾ ਜਿਹੜਾ ਐਕਸਟਰਾ ਚਾਰਜ ਹੈ ਉਹ ਕਿਸ ਨੂੰ ਦਿੱਤਾ ਗਿਆ ਹੈ অপਸ਼ਨ ਦਿੱਤੇ ਹੋਏ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਜੀ ਡਾਕਟਰ ਤਾਮਿਲ ਸਾਈਸ ਸੁੰਦਰ ਰਾਜਨ ਠੀਕ ਹੈ অপਸ਼ਨ ਨੰਬਰ ਸੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਇਹ ਕੌਣ ਨੇ ਜਿਨ੍ਹਾਂ ਨੂੰ ਕਿ ਐਕਸਟਰਾ ਚਾਰਜ ਦਿੱਤਾ ਗਿਆ ਹੈ ਇਹ ਗਵਰਨਰ ਨੇ ਤੇਲੰਗਾਨਾ ਦੇ ਠੀਕ ਹੈ ਉਹਨਾਂ ਨੂੰ ਵਾਧੂ ਚਾਰਜ ਦਿੱਤਾ ਗਿਆ ਪੁੱਡੂਚਰੀ ਦੇ ਉਪ ਰਾਜਪਾਲ ਦਾ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 103 ਕਿਹੜੇ ਦੇਸ਼ ਨੇ ਟੈਰਾਫੋਗਿਆ ट्रांजिशन ਦੁਆਰਾ ਤਿਆਰ ਕੀਤੀ ਇੱਕ ਉਡਾਣ ਹਾਈਬ੍ਰਿਡ ਕਾਰ ਨੂੰ ਮਨਜ਼ੂਰੀ ਦਿੱਤੀ ਹੈ ਕਿਹੜੀ ਕੰਟਰੀ ਹੈ ਜਿਸ ਨੇ ਕਿ ਟੈਰਾਫੋਗਿਆ ट्रांजिशन ਦੇ ਦੁਆਰਾ ਇੱਕ ਉਡਾਣ ਹਾਈਬ੍ਰਿਡ ਕਾਰ ਨੂੰ ਮਨਜ਼ੂਰੀ ਦਿੱਤੀ ਹੈ ਠੀਕ ਹੈ ਅਪਰੂਵਲ ਦਿੱਤੀ ਹੈ অপਸ਼ਨ ਹੈ ਚੀਨ ਜਪਾਨ ਯੂਐਸਏ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜੀ ਅਪਰੂਵਲ ਹੈ ਇਹ ਦਿੱਤੀ ਹੈ ਜੀ ਯੂਐਸਏ ਨੇ ਠੀਕ ਹੈ ਅਮਰੀਕਾ ਨੇ ਇਸ ਨੂੰ ਅਪਰੂਵਲ ਦਿੱਤੀ ਹੈ ਕਿ ਜਿਹੜੀ ਉਡਾਨ ਹਾਈਬ੍ਰਿਡ ਕਾਰ ਹੈ ਉਸ ਨੂੰ ਅਪਰੂਵਲ ਦਿੱਤੀ ਹੈ ਪ੍ਰਵਾਨਗੀ ਕਰਤੀ ਠੀਕ ਹੈ ਨੈਕਸਟ ਕੁਸ਼ਚਨ ਹੈ ਕੁਸ਼ਚਨ ਨੰਬਰ 104 ਬਿਗ ਬਾਸਕਟ ਆਪਾਂ ਨੂੰ ਪਤਾ ਹੈ ਬਿਗ ਬਾਸਕਟ ਬਹੁਤ ਹੀ ਪਪੂਲਰ ਕੰਪਨੀ ਹੈ ਠੀਕ ਹੈ ਔਨਲਾਈਨ ਗ੍ਰੋਸਰੀ ਸਟੋਰ ਹੈ ਇਹ ਇੱਕ ਤਰ੍ਹਾਂ ਦਾ ਠੀਕ ਹੈ ਉਸ ਦੇ ਵਿੱਚ 68% ਹਿੱਸੇਦਾਰੀ 68% ਹਿੱਸੇਦਾਰੀ ਪਾਰਟਨਰਸ਼ਿਪ ਪ੍ਰਾਪਤ ਕਰਨ ਲਈ ਕਿਸ ਨੇ ਸਮਝੌਤਾ ਕੀਤਾ ਹੈ ਠੀਕ ਹੈ ਪੁੱਛਿਆ ਗਿਆ ਕਿ ਬਿਗ ਬਾਸਕਟ ਕੰਪਨੀਆਂ ਜਿਹੜੀ ਉਸ ਦੇ ਵਿੱਚ 68% ਹਿੱਸੇਦਾਰੀ ਪ੍ਰਾਪਤ ਕਰਨ ਦੇ ਲਈ ਕਿਸ ਨੇ ਸਮਝੌਤਾ ਕੀਤਾ ਹੈ ਕਿਹੜੀ ਕੰਪਨੀ ਨੇ অপਸ਼ਨ ਦਿੱਤੀ ਹੋਈ ਹੈ ਰਿਲਾਇੰਸ ਟਾਟਾ ਗਰੁੱਪ ਐਮਾਜ਼ੋਨ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹ ਜਿਹੜਾ ਕਰਿਆ ਗਿਆ ਸਮਝੌਤਾ ਇਹ ਕੀਤਾ ਗਿਆ ਟਾਟਾ ਗਰੁੱਪ ਦੇ ਵਿੱਚ ਠੀਕ ਹੈ ਟਾਟਾ ਗਰੁੱਪ ਦੇ ਨਾਲ ਸਮਝੌਤਾ ਕੀਤਾ ਗਿਆ ਹੈ ਜੇਕਰ ਗੱਲ ਕਰੀਏ ਬਿਗ ਬਾਸਕਟ ਤੇ ਟਾਟਾ ਗਰੁੱਪ ਦੀ ਇਹਨਾਂ ਦੋਨਾਂ ਨੇ ਇਸ ਸਮਝੌਤੇ ਦੇ ਰਾਹੀਂ ਇੱਕੋ ਹੀ ਕੰਪਨੀ ਦੇ ਵਿੱਚ ਇਹ ਚੇਂਜ ਹੁੰਦੀਆਂ ਜਾ ਰਹੀਆਂ ਨੇ ਠੀਕ ਹੈ ਤਾਂ ਜਿਹੜਾ ਆਪਣਾ ਬਿਗ ਬਾਸਕਟ ਦਾ ਸਮਾਨ ਹੈ ਉਹਨੂੰ ਮੋਸਟਲੀ ਟਾਟਾ ਐਂਟਰਪ੍ਰਾਈਜ਼ਸ ਅੰਡਰ ਮੰਨਿਆ ਜਾਵੇਗਾ ਠੀਕ ਹੈ ਤਾਂ ਆਪਸ਼ਨ ਨੰਬਰ ਬੀ ਜਿਹੜਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 105 ਇਸ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਨੰਬਰ 105 ਹੀ ਕਰਾਂਗੇ ਠੀਕ ਹੈ ਵੀਡੀਓ ਕਾਫੀ ਲੈਂਥੀ ਹੋਗੀ ਤਾਂ ਮੈਨੂੰ ਉਸ ਕੁਐਸਚਨ ਦਾ ਜ਼ਰੂਰ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਿ ਤੁਸੀਂ ਕਰੰਟ ਅਫੇਅਰ ਦਾ ਮੈਰਾਥਨ ਕਲਾਸ ਦੇਖਣਾ ਪਸੰਦ ਕਰੋਗੇ ਜਾਂ ਨਹੀਂ ਠੀਕ ਹੈ ਕਿ ਤੁਹਾਨੂੰ ਸੈਟ ਵਾਈਜ਼ ਹੀ ਠੀਕ ਲੱਗ ਰਿਹਾ ਹੈ ਨੇ ਕਰੰਟ ਅਫੇਅਰਸ ਕਵਰ ਕਰਨੇ ਜਾਂ ਫਿਰ ਮੈਰਾਥਨ ਵਾਈਜ਼ ਕਰੀਏ ਠੀਕ ਹੈ ਤਾਂ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 105 ਕਸ਼ਮੀਰ ਦੀ ਪਹਿਲੀ ਮਹਿਲਾ ਪਾਵਰ ਲਿਫਟਰ ਕੌਣ ਬਣੀ ਠੀਕ ਹੈ ਪਹਿਲੀ ਮਹਿਲਾ ਪਾਵਰ ਲਿਫਟਰ ਪੁੱਛਿਆ ਇਹਨਾਂ ਨੇ ਕੌਣ ਬਣੀ ਹੈ অপਸ਼ਨ ਨੇ ਹਸੀਨਾ ਉਬੈਦ ਨੂਰਜਹਾਂ ਉਬੈਦ ਸਾਇਮਾ ਉਬੈਦ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਤਾਂ ਜਿਹੜੀ ਪਹਿਲੀ ਮਹਿਲਾ ਪਾਵਰ ਲਿਫਟਰ ਹੈ ਉਹ ਬਣੀ ਹੈ ਜੀ ਸਾਇਮਾ ਉਬੈਦ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਨੇ ਇਹ ਇਹ ਕਸ਼ਮੀਰ ਦੇ ਰਹਿਣ ਵਾਲੇ ਨੇ ਠੀਕ ਹੈ ਕਸ਼ਮੀਰ ਦੀ ਪਹਿਲੀ ਮਹਿਲਾ ਪਾਵਰ ਲਿਫਟਰ ਬਣੇ ਨੇ ਸਾਇਮਾ ਉਬੈਦ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤਾਂ ਇਹ ਸੀਗੇ ਜੀ ਆਪਣੇ ਟੋਟਲ 105 ਕੁਐਸਚਨ ਠੀਕ ਹੈ ਕਰੰਟ ਅਫੇਅਰ ਦੇ ਆਪਾਂ ਨੇ ਚਾਰ ਸੈੱਟ ਦੇ ਵਿੱਚ 105 ਕੁਐਸਚਨ ਕਵਰ ਕਰ ਚੁੱਕੇ ਆਪਾਂ ਠੀਕ ਹੈ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਠੀਕ ਹੈ ਤੇ ਜੇਕਰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ ਜਾਂ ਕੋਈ ਸੁਝਾਅ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਠੀਕ ਹੈ ਕੋਈ ਉਹ ਨਹੀਂ ਹੈਗਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਕਰੰਟ ਅਫੇਅਰਜ਼ ਦੀ ਤਾਂ ਆਪਾਂ ਨੂੰ ਪਤਾ ਹੈ ਕਿ افਸੀ ਦਾ ਡਾ ਐਗਜ਼ਾਮ ਹੈ ਜਲਦੀ ਹੋਣ ਵਾਲਾ ਹੈ ਉਸ ਦੇ ਵਿੱਚ 25 ਤੋਂ 30 ਨੰਬਰਾਂ ਦੇ ਸਿਰਫ ਕਰੰਟ ਅਫੇਅਰਜ਼ ਹੀ ਆਣਗੇ ਤਾਂ ਮੈਂ ਜ਼ਿਆਦਾ ਜ਼ੋਰ ਕਰੰਟ ਅਫੇਅਰਜ਼ ਤੇ ਲਗਾ ਰਹੀਆਂ ਠੀਕ ਹੈ ਤਾਂ ਇਹ 25 ਤੋਂ 30 ਨੰਬਰ ਆਪਾਂ ਨੇ ਕਿਤੇ ਨਹੀਂ ਜਾਣ ਦੇਣੇ ਹੈਗੇ ਠੀਕ ਹੈ ਇਹਨਾਂ ਨੂੰ ਪੱਕੇ ਕਰ ਲਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਨਾ ਭੁੱਲਿਓ ਕਿ ਮੈਰਾਥਨ ਕਰੰਟ ਅਫੇਅਰਸ ਦੀ ਲਗਾਈ ਜਾਵੇ ਜਾਂ ਨਾ ਜਾਂ ਫਿਰ ਤੁਹਾਨੂੰ ਸੈਟ ਵਾਈਜ਼ ਹੀ ਕਰੰਟ ਅਫੇਅਰ ਕਵਰ ਕਰਨੇ ਨੇ ਠੀਕ ਹੈ ਤਾਂ ਜਰੂਰ ਦੱਸਿਓ ਤਾਂ ਇਹ ਸੀਗੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ